ਦੇਖੋ ਕਿਵੇਂ ਨਸ਼ੇੜੀ ਟਰੱਕ ਡਰਾਈਵਰ ਨੇ ਕੁਚਲ ਦਿੱਤਾ ਮੋਟਰਸਾਈਕਲ ਤੇ ਜਾਂਦਾ ਨੌਜਵਾਨ। ਜੀ ਹਾਂ, ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਇੱਕ ਸ਼ਰਾਬੀ ਟਰੱਕ ਡਰਾਈਵਰ ਜਿਸਨੇ ਸ਼ਰਾਬ ਪੀਤੀ ਹੋਈ ਸੀ, ਨਸ਼ਾ ਕੀਤਾ ਹੋਇਆ ਸੀ, ਇਹ ਟਰੱਕ ਡਰਾਈਵਰ ਬੁਰੀ ਤਰ੍ਹਾਂ ਸੜਕ ਦੇ ਉੱਤੇ ਡਰਾਈਵਿੰਗ ਕਰਦਾ ਹੋਇਆ ਨਜ਼ਰ ਆਉਂਦਾ ਹੈ। ਇਸ ਦੌਰਾਨ ਪਿੱਛੇ ਆ ਰਹੇ ਕੁਝ ਨੌਜਵਾਨ ਇਸ ਟਰੱਕ ਡਰਾਈਵਰ ਦੀ ਡਰਾਈਵਿੰਗ ਨੂੰ ਦੇਖਦਿਆਂ ਹੋਇਆਂ ਵੀਡੀਓ ਬਣਾਉਣੀ ਸ਼ੁਰੂ ਕਰ ਦਿੰਦੇ ਨੇ। ਇਸ ਟਰੱਕ ਡਰਾਈਵਰ ਦੀ ਵੀਡੀਓ ਬਣਾਈ ਜਾਂਦੀ ਹੈ, ਪਰ ਨਹੀਂ ਪਤਾ ਸੀ ਕਿ ਇਹ ਡਰਾਈਵਿੰਗ ਕਿੰਨਾ ਕੁ ਖੌਫਨਾਕ ਮੰਜ਼ਰ ਧਾਰਨ ਕਰ ਲਵੇਗੀ। ਸੋ ਟਰੱਕ ਡਰਾਈਵਰ ਜਿਵੇਂ ਬੇਸੁੱਧ ਹੋ ਕੇ ਡਰਾਈਵਿੰਗ ਕਰਦਾ ਤਾਂ ਪਿੱਛੇ ਬੈਠੇ ਨੌਜਵਾਨ ਵੀਡੀਓ ਬਣਾਉਂਦੇ ਨੇ, ਪਰ ਅਚਾਨਕ ਇਹ ਟਰੱਕ ਪਲਟ ਜਾਂਦਾ ਹੈ ਅਤੇ ਇਹ ਟਰੱਕ ਇੱਕ ਮੋਟਰਸਾਈਕਲ ਦੇ ਉੱਤੇ ਜਾਂਦੇ ਨੌਜਵਾਨ ਦੇ ਉੱਤੇ ਪਲਟ ਜਾਂਦਾ ਹੈ, ਜਿਸ ਤੋਂ ਬਾਅਦ ਨੌਜਵਾਨ ਦੀ ਮੌਕੇ ਦੇ ਉੱਤੇ ਮੌਤ ਹੋ ਜਾਂਦੀ ਹੈ। ਹਾਲਾਂਕਿ ਦੂਜੇ ਪਾਸੇ ਜੋ ਕਾਰ ਸਵਾਰ ਨੌਜਵਾਨ ਨੇ ਗੱਡੀ ਦੇ ਵਿੱਚੋਂ ਉਤਰਦੇ ਨੇ ਅਤੇ ਮੌਕੇ ਦੇ ਉੱਤੇ ਟਰੱਕ ਡਰਾਈਵਰ ਨੂੰ ਕਾਬੂ ਕਰ ਲੈਂਦੇ ਨੇ। ਪਰ ਕਿਹੋ ਜਿਹਾ ਖੌਫਨਾਕ ਮੰਜ਼ਰ ਹੈ, ਇਸ ਦੇ ਵੱਲ ਵੀ ਨਜ਼ਰ ਕਰਦੇ ਹਾਂ। ਉਹ ਮੁੰਡਾ ਮਾਰਤਾ, ਉਹ ਡਾਕਟਰ ਆ, ਹਾਏ ਉਹ ਮੁੰਡਾ ਆ ਗਿਆ ਥੱਲੇ, ਓਏ ਮੋਟੋ ਅਰ ਜਾ, ਚੰਗਾ ਰਹੇ ਨਹੀਂ, ਕੁੱਟ ਪੂ ਦੇ ਇਹਨੂੰ, ਕੁੱਟੇ ਦਾ ਕੁੱਟ ਰਿਹਾ ਮੈਂ, ਕੁੱਟ ਰਿਹਾ। ਇਹ ਜਿਹੜਾ ਟਰੱਕ ਹੈ PV19H9019, ਇਹ 12 ਚੱਕੀ ਦੇ ਡਰਾਈਵਰ ਹੈ ਜਸਪਾਲ ਸਾਲਾ ਹਰਚੰਦ ਸਿੰਘ, ਵਾਸੀ ਸ਼ੇਰਗੜ੍ਹ ਦਾ ਸੀ। ਇਹ ਇਹਨੇ ਇੱਕ ਮੋਟਰਸਾਈਕਲ ਸਵਾਰ ਨੂੰ ਜਿਹੜਾ ਕੁਚਲਤਾ ਬੁਰੀ ਤਰ੍ਹਾਂ, ਉਹ ਅਸੀਂ ਹੁਣ ਜਿਹੜਾ ਮੋਟਰਸਾਈਕਲ ਹੈ ਜੀ ਅਤੇ ਜਿਹੜਾ ਡੈੱਡ ਬੋਡੀ ਉਹ ਥੱਲੇ ਆ, ਹੈਡਰੀ ਮੰਗਾ ਕੇ ਅਸੀਂ ਇਹਦੇ ਖਾਲ ਗੱਡੀ ਕਰਾ ਕੇ ਡੈੱਡ ਬੋਡੀ ਕੱਢ ਕੇ ਜਿਹੜੀ ਇਹ ਅਗਲੀ ਤੋਂ ਪਿਛਾ ਵਾਲੀ ਚਲਾਉਂਦੀ ਆ ਜੀ। ਕਿੱਥੇ ਦੀ ਘਟਨਾ ਹੋਈ ਹੈ ਸਰ, ਅਤੇ ਕਿੰਨੇ ਜਣੇ ਜੇ ਇਹ 'ਚ ਡੈਥ ਹੋਈ? ਇੱਕ ਬੰਦਾ ਦਿਖ ਰਿਹਾ, ਬਾਕੀ ਟਰੱਕ ਖੜ੍ਹਾ ਕਰੇ ਤਾਂ ਪਤਾ ਲੱਗੇਗਾ ਵੀ ਕੀ ਹੈ। ਬੰਦਾ ਇੱਕੋ ਦਿਖ ਰਿਹਾ, ਮੋਟਰਸਾਈਕਲ 'ਤੇ ਇਹ ਨਹੀਂ ਪਤਾ, ਹੋ ਸਕਦਾ ਵੱਧ ਵੀ ਹੋ ਸਕਦਾ, ਦੋ ਵੀ ਹੋ ਸਕਦੇ। ਟਰੱਕ ਖੜ੍ਹਾ ਕਰਨ ਤੋਂ ਬਾਅਦ ਹੀ ਜਿਹੜਾ ਪਤਾ ਲੱਗੂਗਾ ਵੀ ਬੰਦੇ ਕਿੰਨੇ ਬੰਦੇ ਡੈਥ ਹੋਈ। ਦੇਖੋ ਕਿਵੇਂ ਨਸ਼ੇੜੀ ਟਰੱਕ ਡਰਾਈਵਰ ਨੇ ਕੁਚਲ ਦਿੱਤਾ ਮੋਟਰਸਾਈਕਲ ਤੇ ਜਾਂਦਾ ਨੌਜਵਾਨ। ਜੀ ਹਾਂ, ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਇੱਕ ਸ਼ਰਾਬੀ ਟਰੱਕ ਡਰਾਈਵਰ ਜਿਸਨੇ ਸ਼ਰਾਬ ਪੀਤੀ ਹੋਈ ਸੀ, ਨਸ਼ਾ ਕੀਤਾ ਹੋਇਆ ਸੀ, ਇਹ ਟਰੱਕ ਡਰਾਈਵਰ ਬੁਰੀ ਤਰ੍ਹਾਂ ਸੜਕ ਦੇ ਉੱਤੇ ਡਰਾਈਵਿੰਗ ਕਰਦਾ ਹੋਇਆ ਨਜ਼ਰ ਆਉਂਦਾ ਹੈ। ਇਸ ਦੌਰਾਨ ਪਿੱਛੇ ਆ ਰਹੇ ਕੁਝ ਨੌਜਵਾਨ ਇਸ ਟਰੱਕ ਡਰਾਈਵਰ ਦੀ ਡਰਾਈਵਿੰਗ ਨੂੰ ਦੇਖਦਿਆਂ ਹੋਇਆਂ ਵੀਡੀਓ ਬਣਾਉਣੀ ਸ਼ੁਰੂ ਕਰ ਦਿੰਦੇ ਨੇ। ਇਸ ਟਰੱਕ ਡਰਾਈਵਰ ਦੀ ਵੀਡੀਓ ਬਣਾਈ ਜਾਂਦੀ ਹੈ, ਪਰ ਨਹੀਂ ਪਤਾ ਸੀ ਕਿ ਇਹ ਡਰਾਈਵਿੰਗ ਕਿੰਨਾ ਕੁ ਖੌਫਨਾਕ ਮੰਜ਼ਰ ਧਾਰਨ ਕਰ ਲਵੇਗੀ। ਸੋ ਟਰੱਕ ਡਰਾਈਵਰ ਜਿਵੇਂ ਬੇਸੁੱਧ ਹੋ ਕੇ ਡਰਾਈਵਿੰਗ ਕਰਦਾ ਤਾਂ ਪਿੱਛੇ ਬੈਠੇ ਨੌਜਵਾਨ ਵੀਡੀਓ ਬਣਾਉਂਦੇ ਨੇ, ਪਰ ਅਚਾਨਕ ਇਹ ਟਰੱਕ ਪਲਟ ਜਾਂਦਾ ਹੈ ਅਤੇ ਇਹ ਟਰੱਕ ਇੱਕ ਮੋਟਰਸਾਈਕਲ ਦੇ ਉੱਤੇ ਜਾਂਦੇ ਨੌਜਵਾਨ ਦੇ ਉੱਤੇ ਪਲਟ ਜਾਂਦਾ ਹੈ, ਜਿਸ ਤੋਂ ਬਾਅਦ ਨੌਜਵਾਨ ਦੀ ਮੌਕੇ ਦੇ ਉੱਤੇ ਮੌਤ ਹੋ ਜਾਂਦੀ ਹੈ। ਹਾਲਾਂਕਿ ਦੂਜੇ ਪਾਸੇ ਜੋ ਕਾਰ ਸਵਾਰ ਨੌਜਵਾਨ ਨੇ ਗੱਡੀ ਦੇ ਵਿੱਚੋਂ ਉਤਰਦੇ ਨੇ ਅਤੇ ਮੌਕੇ ਦੇ ਉੱਤੇ ਟਰੱਕ ਡਰਾਈਵਰ ਨੂੰ ਕਾਬੂ ਕਰ ਲੈਂਦੇ ਨੇ। ਪਰ ਕਿਹੋ ਜਿਹਾ ਖੌਫਨਾਕ ਮੰਜ਼ਰ ਹੈ, ਇਸ ਦੇ ਵੱਲ ਵੀ ਨਜ਼ਰ ਕਰਦੇ ਹਾਂ। ਉਹ ਮੁੰਡਾ ਮਾਰਤਾ, ਉਹ ਡਾਕਟਰ ਆ, ਹਾਏ ਉਹ ਮੁੰਡਾ ਆ ਗਿਆ ਥੱਲੇ, ਓਏ ਮੋਟੋ ਅਰ ਜਾ, ਚੰਗਾ ਰਹੇ ਨਹੀਂ, ਕੁੱਟ ਪੂ ਦੇ ਇਹਨੂੰ, ਕੁੱਟੇ ਦਾ ਕੁੱਟ ਰਿਹਾ ਮੈਂ, ਕੁੱਟ ਰਿਹਾ। ਇਹ ਜਿਹੜਾ ਟਰੱਕ ਹੈ PV19H9019, ਇਹ 12 ਚੱਕੀ ਦੇ ਡਰਾਈਵਰ ਹੈ ਜਸਪਾਲ ਸਾਲਾ ਹਰਚੰਦ ਸਿੰਘ, ਵਾਸੀ ਸ਼ੇਰਗੜ੍ਹ ਦਾ ਸੀ। ਇਹ ਇਹਨੇ ਇੱਕ ਮੋਟਰਸਾਈਕਲ ਸਵਾਰ ਨੂੰ ਜਿਹੜਾ ਕੁਚਲਤਾ ਬੁਰੀ ਤਰ੍ਹਾਂ, ਉਹ ਅਸੀਂ ਹੁਣ ਜਿਹੜਾ ਮੋਟਰਸਾਈਕਲ ਹੈ ਜੀ ਅਤੇ ਜਿਹੜਾ ਡੈੱਡ ਬੋਡੀ ਉਹ ਥੱਲੇ ਆ, ਹੈਡਰੀ ਮੰਗਾ ਕੇ ਅਸੀਂ ਇਹਦੇ ਖਾਲ ਗੱਡੀ ਕਰਾ ਕੇ ਡੈੱਡ ਬੋਡੀ ਕੱਢ ਕੇ ਜਿਹੜੀ ਇਹ ਅਗਲੀ ਤੋਂ ਪਿਛਾ ਵਾਲੀ ਚਲਾਉਂਦੀ ਆ ਜੀ। ਕਿੱਥੇ ਦੀ ਘਟਨਾ ਹੋਈ ਹੈ ਸਰ, ਅਤੇ ਕਿੰਨੇ ਜਣੇ ਜੇ ਇਹ 'ਚ ਡੈਥ ਹੋਈ? ਇੱਕ ਬੰਦਾ ਦਿਖ ਰਿਹਾ, ਬਾਕੀ ਟਰੱਕ ਖੜ੍ਹਾ ਕਰੇ ਤਾਂ ਪਤਾ ਲੱਗੇਗਾ ਵੀ ਕੀ ਹੈ। ਬੰਦਾ ਇੱਕੋ ਦਿਖ ਰਿਹਾ, ਮੋਟਰਸਾਈਕਲ 'ਤੇ ਇਹ ਨਹੀਂ ਪਤਾ, ਹੋ ਸਕਦਾ ਵੱਧ ਵੀ ਹੋ ਸਕਦਾ, ਦੋ ਵੀ ਹੋ ਸਕਦੇ। ਟਰੱਕ ਖੜ੍ਹਾ ਕਰਨ ਤੋਂ ਬਾਅਦ ਹੀ ਜਿਹੜਾ ਪਤਾ ਲੱਗੂਗਾ ਵੀ ਬੰਦੇ ਕਿੰਨੇ ਬੰਦੇ ਡੈਥ ਹੋਈ।